ਅੱਜ ਕਹਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਰੱਖ ਦਿਓ। ਤੇ ਮੈਂ ਕਹਿਣਾ ਚਾਹੁੰਦਾ ਜਿੰਨੀ ਤੁਹਾਡੀ ਉਮਰ ਆ ਮਾਨ ਸਾਹਿਬ, ਉਦੋਂ ਜ਼ਿਆਦਾ ਇਹ ਸਿੱਖ ਪੰਥ ਦੇ ਲਹੂ ਤੇ ਮਿੰਝ ਦੀਆਂ ਕੁਰਬਾਨੀਆਂ ਦੀ ਇਹ ਜਥੇਬੰਦੀ ਆ। ਜੇ ਕਾਨੂੰਨ ਸਾਰਿਆਂ ਦੇ ਲਈ ਇੱਕ ਹੈ, ਫਿਰ ਸਾਡੇ ਬੰਦੇ ਕਿਉਂ ਨਹੀਂ ਛੱਡੇ ਜਾ ਰਹੇ? ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿੱਚ ਚੱਲ ਰਹੇ ਮਾਘੀ ਮੇਲੇ ਦੇ ਪਹਿਲੇ ਦਿਨ ਕਈ ਸਿਆਸੀ ਅਤੇ ਪੰਥਕ ਸਟੇਜਾਂ ਲੱਗੀਆਂ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇਲਾਵਾ ਵਾਰਸ ਪੰਜਾਬ ਦੇ ਜਥੇਬੰਦੀ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਜਿੱਥੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ, ਉੱਥੇ ਕੇਂਦਰ ਸਰਕਾਰ ਉੱਤੇ ਵੀ ਸਵਾਲ ਚੁੱਕੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਣੀ ਦੇ ਮਸਲੇ ਸਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਵੀ ਚੁੱਕਿਆ। ਆਪਣੀ ਜਾਨ ਪੰਜਾਬ ਦੀ ਪਾਣੀ ਹੈ, ਆ ਲੜਾਈ ਸਾਰੀ ਪਾਣੀ ਦੀ ਹੈ, ਦੁਨੀਆਂ 'ਚ ਲੜਾਈ ਪਾਣੀ ਦੀ ਹੈ, ਆਪਣਾ ਪੰਜਾਬ ਦਾ ਪਾਣੀ। ਅੱਜ ਆਪਾਂ ਨਹਿਰਾਂ 'ਚ ਪਾਣੀ ਘੜ ਗਏ, ਆਪਾਂ ਤੜਫਣ ਲੱਗ ਜਾਂਦੇ ਹਾਂ, ਮੋਗੇ ਉੱਚੇ ਹੋ ਜਾਣ ਆਪਾਂ ਤੜਫਣ ਲੱਗ ਜਾਂਦੇ ਹਾਂ, ਪਰ ਪਾਣੀ ਜੇ ਪੰਜਾਬ ਦਾ। ਜਦੋਂ ਦੇਸ਼ ਆਜ਼ਾਦ ਹੋਇਆ, ਜੋ ਦੇਸ਼ ਨੂੰ ਪਾਣੀ ਆਪਣਾ ਵੰਡਿਆ ਗਿਆ, ਜੇ ਸਭ ਤੋਂ ਵੱਡਾ ਹਮਲਾ ਆਪਣੇ ਦੇ ਪੰਜਾਬ 'ਤੇ ਕੀਤਾ ਤੇ ਕਾਂਗਰਸ ਨੇ ਕੀਤਾ, ਇੰਦਰਾ ਗਾਂਧੀ ਨੇ ਕੀਤਾ। ਦਿੱਲੀ ਵਿੱਚ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅੱਜ ਸਿੱਖ ਪੰਥ ਦੇ ਕੰਟਰੋਲ 'ਚ ਨਹੀਂ ਹੈ, ਅੱਜ ਆਰਐਸਐਸ ਤੇ ਬੀਜੇਪੀ ਦੀ ਸਰਕਾਰ ਦੇ ਥੱਲੇ ਕੰਟਰੋਲ 'ਚ ਹੈ, ਉਹ ਚਲਾ ਰਹੇ ਹੈ। ਹਰਿਆਣਾ ਵਿੱਚ ਕਮੇਟੀ ਬਣਾਈ, ਹੁਣੀ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ, ਉਹ ਸਿੱਖ ਪੰਥ ਰਾਹੀਂ ਚੁੰਦੇ ਸੀ ਨੁਮਾਉਂਦੇ, ਉਹਨਾਂ ਨਾਲ ਵੋਟਾਂ ਦਾ ਸਿਸਟਮ ਖਤਮ ਕਰ ਦਿੱਤਾ, ਕਮੇਟੀ ਅਲੱਗ ਬਣਾ ਦਿੱਤੀ। ਚੀਫ ਮਿਨਿਸਟਰ ਹਰਿਆਣੇ ਨੇ ਬਣਾਈ, ਆਪਣੇ ਘਰੇ ਬਹਿ ਕੇ ਬਣਾਈ, ਜਿਵੇਂ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ, ਸਾਰੇ ਆਰਐਸਐਸ ਦੇ ਮੈਂਬਰ ਬਣਾ ਕੇ ਪਾ ਕੇ ਆਪਣੇ ਬਣਾਏ, ਸਾਰੇ ਹੀ ਮੈਂਬਰ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਕੇਂਦਰ ਸਰਕਾਰ ਵੱਲੋਂ ਸਿੱਖ ਫੌਜੀਆਂ ਲਈ ਹੈਲਮਟ ਦੇ ਮਸਲੇ ਦਾ ਜ਼ਿਕਰ ਕੀਤਾ, ਨਾਲ ਹੀ ਉਹਨਾਂ ਪੰਜਾਬ ਸਰਕਾਰ ਉੱਤੇ ਵੀ ਨਿਸ਼ਾਨਾ ਸਾਧਿਆ। ਸਿੱਖਾਂ ਦੇ ਵਿੱਚ ਸਤਿਗੁਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਦਸਤਾਰ ਦੀ ਬਖਸ਼ਿਸ਼ ਕੀਤੀ, ਗੁਰੂ ਦਸਮ ਪਾਤਸ਼ਾਹ ਨੇ ਸਾਨੂੰ ਇੱਕ ਕਾਰ ਵੀ ਦਿੱਤਾ ਤੇ ਸਿੱਖ ਦੀ ਪਹਿਚਾਣ ਵੀ ਬਣਾਈ, ਜਿਹਦੀ ਪਹਿਚਾਣ ਅੱਜ ਅਮਰੀਕਾ ਦੀ ਧਰਤੀ ਤੇ ਡਿਫੈਂਸ ਦੇ ਵਿੱਚ ਕਿਸੇ ਨੇ ਜਾਣਾ ਹੋਵੇ, ਉਹਨੂੰ ਲੋਹ ਟੋਪ ਨਹੀਂ ਪਾਉਣਾ ਪੈਂਦਾ, ਉਹ ਪੱਗੇ ਬੰਨਦਾ, ਦਸਤਾਰ ਬੰਨਦਾ। ਜੇ ਫਰਾਂਸ ਦੇ ਵਿੱਚ ਟਰਾਂਸਪੋਰਟ ਨੀਤੀ ਵਿੱਚ ਅਮੈਂਡਮੈਂਟ ਕੀਤੀ ਗਈ, ਸਿੱਖਾਂ ਨੇ ਲੜਾਈ ਲੜੀ, ਟੋਪ ਨਹੀਂ ਲਿਆ, ਦਸਤਾਰ ਦੀ ਪ੍ਰਵਾਨਗੀ ਹੋਈ, ਪਰ ਅੱਜ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਸਿੱਖਾਂ ਨੂੰ, ਖਾਸ ਕਰਕੇ ਫੌਜੀਆਂ ਨੂੰ ਲੋਹ ਟੋਪ ਪਾਉਣ ਲਈ ਉਹ ਮਜਬੂਰ ਕੀਤਾ ਜਾ ਰਿਹਾ। ਦੱਸੋ ਤੁਸੀਂ 10 ਮਹੀਨਿਆਂ 'ਚ ਪੰਜਾਬ ਲਈ ਕੀ ਕੀਤਾ? ਅਤੇ ਮੈਂ ਦੱਸਦਾ ਕੀ ਕੀਤਾ ਤੁਸੀਂ। ਤੁਸੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਖਤਮ ਕੀਤੀ, ਤੁਸੀਂ ਪੰਜਾਬ 'ਚ ਭਾਈਚਾਰਾ ਖਤਮ ਕੀਤਾ, ਅਤੇ ਜਿਹੜੇ ਚੁਟਕਲੇ ਸੁਣਾ ਸਰਕਾਰ ਕਾਇਮ ਕੀਤੀ ਨਾ, ਅੱਜ ਸ਼੍ਰੋਮਣੀ ਕਮੇਟੀ ਨੂੰ ਵੀ ਕਲੋਲ ਕਰਦਾ। ਅੱਜ ਕਹਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਰੱਖ ਦਿਓ। ਅਤੇ ਮੈਂ ਕਹਿਣਾ ਚਾਹੁੰਦਾ ਜਿੰਨੀ ਤੁਹਾਡੀ ਉਮਰ ਆ ਮਾਨ ਸਾਹਿਬ, ਉਦੋਂ ਜ਼ਿਆਦਾ ਇਹ ਸਿੱਖ ਪੰਥ ਦੇ ਲਹੂ ਅਤੇ ਮਿੰਝ ਦੀਆਂ ਕੁਰਬਾਨੀਆਂ ਦੀ ਇਹ ਜਥੇਬੰਦੀ ਆ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੈਦੀਆਂ ਦੀ ਰਿਹਾਈ ਦਾ ਮਸਲਾ ਚੁੱਕਿਆ ਅਤੇ ਨਾਲ ਹੀ 2024 ਦੀਆਂ ਚੋਣਾਂ ਲਈ ਆਪਣੀ ਪਾਰਟੀ ਦੀ ਤਿਆਰੀ ਦੀ ਗੱਲ ਕੀਤੀ। ਜੇ ਕਾਨੂੰਨ ਸਾਰਿਆਂ ਦੇ ਲਈ ਇੱਕ ਹੈ, ਫਿਰ ਸਾਡੇ ਬੰਦੇ ਕਿਉਂ ਨਹੀਂ ਛੱਡੇ ਜਾ ਰਹੇ? ਜੇ ਅਸੀਂ ਇੱਕ ਹੋ ਜਾਈਏ ਆਉਣ ਵਾਲੇ ਇਲੈਕਸ਼ਨ 2024 ਦੇ ਵਿੱਚ, ਪਾਰਲੀਮੈਂਟ ਦੇ ਇਲੈਕਸ਼ਨ ਆ ਰਹੇ ਹੈ, ਜੇ ਤੁਸੀਂ ਵਾਅਦਾ ਕਰਦੇ ਹੋ ਅਸੀਂ ਆਪਣੇ ਉਮੀਦਵਾਰ 13 ਤੋਂ 13 ਸੀਟਾਂ 'ਤੇ ਖੜ੍ਹੇ ਕਰਾਂਗੇ, ਨਾਲੇ ਗੰਗਾਨਗਰ ਦੇ ਵਿੱਚ ਵੀ ਖੜ੍ਹਾ ਕਰਾਂਗੇ, ਨਾਲ ਸਰਸੇ ਤੋਂ, ਕੁਰਸ਼ੇਤਰ ਤੋਂ, ਕਰਨਾਲ ਤੋਂ ਵੀ ਖੜ੍ਹੇ ਕਰਾਂਗੇ। ਉਧਰ ਵਾਰਸ ਪੰਜਾਬ ਦੀ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਨੇ ਵੀ ਸਿੱਖ ਫੌਜੀਆਂ ਲਈ ਕੇਂਦਰ ਸਰਕਾਰ ਵੱਲੋਂ ਹੈਲਮਟ ਦੀ ਤਿਆਰੀ ਬਾਬਤ ਗੱਲ ਰੱਖੀ। ਇਹ ਚਾਹੁੰਦੇ ਆ ਕਿ ਅਸੀਂ ਜਿਹੜੀ ਇੱਕ ਨਿਸ਼ਾਨੀ ਕਾਇਮ ਕੀਤੀ ਹੈ ਸੰਘਰਸ਼ ਕਰਕੇ, ਪੱਗ ਰੱਖੀ ਹੋਈ ਹੈ ਦਸਤਾਰ, ਉਹ ਵੀ ਲਾਹ ਕੇ ਤੁਰੇ ਫਿਰੀ ਹੈਲਮਟ ਪਾ ਲਈਏ, ਫਿਰ ਕੱਲ੍ਹ ਨੂੰ ਹੈਲਮਟ ਪਾਓਗੇ ਪੱਗ ਦਸਤਾਰ ਛੋਟੀ ਕਰਨੀ ਪੈ ਜਾਊ, ਉਹ ਛੋਟੀ ਤਾਂ ਹੌਲੀ ਹੌਲੀ ਹੋ ਸਕਦਾ, ਉਹਦੇ ਵੀ ਕੋਈ ਪੱਕੀ ਬੰਨੀ ਬਣਾਈ ਦੇ ਦੇਣ ਵੀ ਇਹ ਰੱਖ ਲਿਆ ਕਰੋ ਅਤੇ ਟੋਪ ਪਾ ਲਿਆ ਕਰੋ। ਮੇਲੇ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਈ ਨਾਟਕ ਵੀ ਕਰਵਾਏ ਗਏ। ਇਹ ਨਾਟਕ ਸਿਸਟਮ ਅਤੇ ਸਿਆਸਤ ਉੱਤੇ ਚੋਟ ਕਰਦਿਆਂ ਲੋਕਾਂ ਦੇ ਘਾਣ ਦੀ ਗੱਲ ਕਰਦੇ ਨੇ। ਤਾਂ ਆਪਣੀ ਸਹੀ ਜਗ੍ਹਾ ਪਹੁੰਚਾਉਣ ਦਾ ਜਿੰਮਾ ਲੈਣ ਵਾਲੇ